ਕਰ ਲਿਆ ਤੇ ਬਾਕੀ ਦਾ ਹੱਕ ਜਨਤਾ ਦੀ ਕਚਹਿਰੀ ਵਿੱਚ ਆਉਣ ਤੋਂ ਬਾਅਦ ਮਿਲੇਗਾ। ਜੀ ਪੰਜਾਬ ਦੇ ਕਾਲੇ ਦੌਰ ਦੇ ਦੁਖਾਂ ਤੇ ਆਧਾਰਿਤ ਫਿਲਮ ਦਾ ਸੰਗੀਤ ਰਿਲੀਜ਼ ਹੋਣ ਤੇ ਫਿਲਮ ਨਾਲ ਜੁੜੇ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਤੇ ਉਮੀਦ ਜਤਾਈ ਕਿ 5 ਅਪ੍ਰੈਲ ਨੂੰ ਜਦ ਇਹ ਫਿਲਮ ਲੋਕਾਂ ਦੇ ਸਾਹਮਣੇ ਹੋਵੇਗੀ ਤਾਂ ਇਸ ਨੂੰ ਭਰਵਾਂ ਹੁੰਗਾਰਾ ਮਿਲੇਗਾ। ਫਿਲਮ ਦੇ ਨਿਰਮਾਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ 7 ਮਹੀਨੇ ਤੱਕ ਫਿਲਮ ਨੂੰ ਰਿਲੀਜ਼ ਕਰਵਾਉਣ ਲਈ ਉਹਨਾਂ ਨੂੰ ਲੰਮੀ ਜੰਗ ਲੜਨੀ ਪਈ। ਪੀਐਚਡੀ ਦਾ ਟੌਪਿਕ ਹੈ ਮਾਈਨੋਰਿਟੀ, ਜਿਸ ਵਿੱਚ ਕਈ ਜਥੇਬੰਦੀਆਂ ਸਣੇ ਜ਼ੀ ਪੰਜਾਬੀ ਜੋ ਕਿ ਫਿਲਮ ਦਾ ਮੀਡੀਆ ਪਾਰਟਨਰ ਹੈ ਨੇ ਵੀ ਉਹਨਾਂ ਦੇ ਹੱਕ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ। ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇੱਕ ਜਿਹੜਾ ਐਫਰਟ ਸੀਗਾ, ਇੱਕ ਜਿਹੜਾ ਫਿਲਮ ਅਟਕੀ ਹੋਈ ਸੀ ਸੈਂਸਰ ਬੋਰਡ ਦੇ ਵਿੱਚ ਪਿਛਲੇ 7 ਮਹੀਨੇ ਤੋਂ, ਉਹਨੂੰ ਕਲੀਅਰੈਂਸ ਮਿਲੀ ਸੀ 14-2 ਨੂੰ ਅਤੇ ਹੁਣ ਅਸੀਂ ਅੱਜ 16-3 ਨੂੰ ਅਸੀਂ ਇਸ ਫਿਲਮ ਦਾ ਜਿਹੜਾ ਹੈ ਮਿਊਜ਼ਿਕ ਰਿਲੀਜ਼ ਕੀਤਾ ਹੈ। ਸਾਡੇ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਅੱਜ ਸਾਡੀ ਫਿਲਮ ਸਾਡਾ ਹੱਕ ਦਾ ਮਿਊਜ਼ਿਕ ਰਿਲੀਜ਼ ਹੋਇਆ। ਕਾਫੀ ਮੁਸ਼ਕਿਲਾਂ ਤੋਂ ਬਾਅਦ ਅਸੀਂ ਇਸ ਲੈਵਲ 'ਤੇ ਪਹੁੰਚੇ ਹਾਂ। ਸੈਂਸਰ ਨੇ ਬੈਨ ਲਾਇਆ ਸੀ, ਕਾਫੀ ਸਾਨੂੰ ਔਕੜਾਂ ਆਈਆਂ, ਪਰ ਸਾਰਿਆਂ ਨੂੰ ਪਾਰ ਕਰਦੇ ਹੋਏ ਦਰਸ਼ਕਾਂ ਦੀ ਕਚਹਿਰੀ 'ਚ ਸਾਡੀ ਫਿਲਮ ਪਹੁੰਚੇਗੀ 5 ਅਪ੍ਰੈਲ ਨੂੰ ਅਤੇ ਦੇਖਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਦੀ ਹੈ। ਰਿਲੀਜ਼ ਨਹੀਂ ਕੀਤਾ ਜਾ ਰਿਹਾ ਸੈਂਸਰ 'ਤੇ, ਬਹੁਤ ਜ਼ਿਆਦਾ ਇਸ਼ੂਜ਼ ਹੋਏ, ਪ੍ਰੋਬਲਮਸ ਹੋਈਆਂ ਅਤੇ ਅੱਜ ਬਹੁਤ ਅੱਛਾ ਮੂਮੈਂਟ ਹੈ। ਅਸੀਂ ਰਿਲੀਜ਼ ਡੇਟ ਅਨਾਊਂਸ ਕੀਤੀ ਹੈ ਫਿਲਮ ਦੀ 5 ਅਪ੍ਰੈਲ ਨੂੰ ਫਿਲਮ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਆਪਣੀ ਆਵਾਜ਼ ਦਾ ਜਾਦੂ ਵਿਖਾਉਣ ਵਾਲੇ ਗਾਇਕ ਜੈਜ਼ੀ ਬੀ ਨੇ ਫਿਲਮ ਨੂੰ ਇੱਕ ਨਿਵੇਕਲੀ ਪਹਿਲ ਅਤੇ ਲੀਕ ਤੋਂ ਹਟ ਕੇ ਦੱਸਿਆ ਤੇ ਨਾਲ ਹੀ ਕਿਹਾ ਕਿ ਫਿਲਮ ਪੰਜਾਬ ਦੇ ਉਸ ਸੱਚ ਨੂੰ ਬਿਆਨ ਕਰਦੀ ਹੈ ਜਿਸ ਦੀ ਕੌੜੀ ਹਕੀਕਤ ਮੌਜੂਦਾ ਪੀੜ੍ਹੀ ਨੂੰ ਰੂਬਰੂ ਹੋਣਾ ਜ਼ਰੂਰੀ ਹੈ। ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਵੀ ਫਿਲਮ ਸਪੋਰਟ ਕਰਿਓ ਆਪਣੇ ਦਿਲੋਂ, ਔਰ ਮੈਨੂੰ ਵੀ ਮੌਕਾ ਮਿਲਿਆ ਇਸ ਫਿਲਮ ਦੇ ਵਿੱਚ ਗੀਤ ਗਾਉਣ ਦਾ। ਟਿੰਬਰ ਭਾਅ ਜੀ ਨੇ ਵੀ ਗਾਏ ਨੇ, ਹੋਰ ਵੀ ਕਾਫੀ ਸਿੰਗਰਾਂ ਨੇ। ਬਹੁਤ ਹੀ ਅੱਛੀ ਫਿਲਮ ਸ਼ੂਟ ਹੋਈ ਆ। ਸੋ ਆਈ ਡੂ ਰਿਕੁਐਸਟ ਐਂਡ ਰੈਕਮੈਂਡ ਐਵਰੀਬਡੀ ਟੂ ਗੋ ਔਨ ਅਪ੍ਰੈਲ 5th ਐਂਡ ਇੰਜੋਏ ਦਿਸ ਮੂਵੀ। ਉਮੀਦ ਹੈ ਕਿ ਸਾਡਾ ਹੱਕ ਨੂੰ ਆਪਣਾ ਅਸਲੀ ਹੱਕ ਯਾਨੀ ਕਿ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ। ਸਿਧਾਂਤਾਂ ਨੂੰ ਬਹੁਤ ਵੱਡੀ ਢਾਹ ਲੱਗੂ ਤੇ ਫਿਲਮ ਕਾਲੇ ਦੌਰ ਦੇ ਉਹਨਾਂ ਪਹਿਲੂਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗੀ ਜੋ ਕਿ ਅਜੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਏ। ਪੰਜਾਬੀ ਫਿਲਮ ਇੰਡਸਟਰੀ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਰਿਅਲਿਸਟਿਕ ਸਿਨੇਮਾ ਨੇ ਇਹਦੇ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਾਡਾ ਹੱਕ ਦੀ ਰਿਲੀਜ਼ ਇਸ ਗੱਲ ਦਾ ਪ੍ਰਤੀਕ ਹੈ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਸੁਨੀਲ ਰੁਦਰਾ, ਜ਼ੀ ਪੰਜਾਬੀ, ਜਲੰਧਰ।